ਸਲਾਨਾ ਛਿੰਝ ਮੇਲਾ ਪਿੰਡ ਮਹਿੰਦੀਪੁਰ ਗੜਸ਼ੰਕ ਰੋਡ ਨਵਾਂ ਸ਼ਹਿਰ 7 ਸਤੰਬਰ 2023 ਅੱਜ ਸ਼ਾਮ ਨੂੰ 2:30 ਵਜੇ ਸ਼ੁਰੂ ਹੋ ਰਿਹਾ। ਫਾਈਨਲ ਕੁਸ਼ਤੀ ਜਿਹੜੀ ਆ ਉਹ 6 ਵਜੇ ਪ੍ਰਿਤਪਾਲ ਹਵਾੜਾ ਅਤੇ ਜੱਸਾ ਪੱਟੀ ਦੇ ਵਿਚਕਾਰ ਜੌਂ ਡੀਅਰ ਟਰੈਕਟਰ 'ਤੇ ਹੋਏਗੀ। ਝੋਟੀ ਟਰੈਕਟਰ ਕੜੇ ਮੁੰਦੀਆਂ ਅਤੇ ਹੋਰ ਬਹੁਤ ਸਾਰੇ ਇਨਾਮ ਹਨ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਿੰਡ ਮਹਿੰਦੀਪੁਰ ਪਹੁੰਚਣ ਦੀ ਕਿਰਪਾਲਤਾ ਕਰੋ। ਠੀਕ 2:30 ਵਜੇ ਪਰਿਕਰਮਾ ਸ਼ੁਰੂ ਹੋਏਗੀ ਅਤੇ ਉਸ ਤੋਂ ਉਪਰੰਤ ਦੰਗਲ ਸ਼ੁਰੂ ਹੋਏਗਾ। ਸੋ ਸਾਰੀਆਂ ਸੰਗਤਾਂ ਨੂੰ ਪਿੰਡ ਪਹੁੰਚਣ ਦੀ ਅਪੀਲ ਹੈ। ਆਹ ਦੇਖਦੇ ਹਾਂ ਪਿੰਡ ਦਾ ਰਾਊਂਡ ਲੱਗ ਰਿਹਾ ਟਰੈਕਟਰ ਦਾ, ਜੋ ਨਸੀਬ ਚੰਦ ਦੇ ਪਰਿਵਾਰ ਵੱਲੋਂ, ਸੱਲਣ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ। ਪਵਨ ਲਾਲ ਜੀ ਜੂਕੇ, ਸੰਨੀ ਜੂਕੇ, ਮਨੀ ਅਤੇ ਵਿੱਕੀ USA, ਉਹਨਾਂ ਵੱਲੋਂ ਪਰਿਵਾਰ ਵੱਲੋਂ ਇਹ ਟਰੈਕਟਰ ਦਿੱਤਾ ਜਾਣਾ ਹੈ। ਹੋਰ ਬਹੁਤ ਸਾਰੇ ਇਨਾਮ ਹਨ। ਤੋਂ ਪਹੁੰਚੋ ਪਿੰਡ ਮਹਿੰਦੀਪੁਰ, ਆਓ ਦੇਖੋ ਰੌਣਕਾਂ ਛਿੰਝ ਮੇਲੇ ਦੀਆਂ। ਕੁਲਵਿੰਦਰ ਭਾਅ ਜੀ ਇੱਧਰ ਮੇਰੇ ਵੱਲ ਧਿਆਨ ਦਿਓ ਮਾੜਾ ਜਿਹਾ, ਮਾੜਾ ਜਿਹਾ ਇੱਧਰ ਦੇਖਿਓ। ਮਹਿੰਦੀਪੁਰ ਦੀ ਛਿੰਝ ਅੱਜ ਹੋ ਰਹੀ ਆ 7 ਸਤੰਬਰ 2023। ਇਹਦੇ ਵਿੱਚ ਸੱਲਣ ਪਰਿਵਾਰ, ਸਾਬਕਾ ਸਰਪੰਚ ਸਵਰਗੀ ਨਸੀਬ ਚੰਦ ਦੇ ਪਰਿਵਾਰ ਵੱਲੋਂ ਟਰੈਕਟਰ ਦਿੱਤਾ ਜਾ ਰਿਹਾ, ਜਿਹੜੇ ਪਿੰਡ ਦੀ ਗੜੀ ਲਵਾਈ ਜਾ ਰਹੀ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਇੱਧਰ ਇੱਧਰ ਮੇਰੇ ਵੱਲ ਦੇਖੋ, ਤੁਹਾਨੂੰ ਕਿੱਦਾਂ ਲੱਗ ਰਿਹਾ? ਖੁਸ਼ੀ ਪ੍ਰਾਪਤ ਹੋ ਰਹੀ ਹੈ? ਖੁਸ਼ੀ ਪ੍ਰਾਪਤ ਹੋ ਰਹੀ ਹੈ। ਇਹ ਪਵਨ ਲਾਲ ਜੀ ਜੂਕੇ ਤੋਂ ਆਏ ਆ, ਤੁਸੀਂ ਲੈਣ ਗਏ ਸੀ? ਹਾਂਜੀ ਹਾਂਜੀ। ਕਿੰਨੇ ਚਿਰ ਬਾਅਦ ਮੁੜ ਕੇ ਆਏ? ਖੜੇ ਪਏ ਟਿਕਟ ਕਰਾਈ ਇਹਨਾਂ ਦੀ। ਕਿੰਨੇ ਦਿਨ ਬਾਅਦ ਮੁੜ ਕੇ ਆਏ? ਪਹਿਲਾਂ ਹੁਣੇ ਗਏ ਸੀ? ਬਾਹਰੋਂ ਵਿੱਕੀ ਤੇ ਸੰਨੀ ਭਾਜੀ, ਮਨੀ ਭਾਜੀ ਹੁਣੀ ਜੁੜੇ ਹੋਏ ਆ, ਉਹ ਨਾਲ ਜੁੜੇ ਹੋਏ ਆ। ਉਹਨਾਂ ਨੇ ਕਹਿੰਦੇ ਡੈਡੀ ਟਿਕਟ ਕਰਾ ਤੀ, ਡੈਡੀ ਜਾਓ ਛਿੰਝ ਤੇ। ਬੱਚਿਆਂ ਚ ਕੋਈ ਇੱਕ ਜਣਾ ਆ ਜਾਵੇ, ਉਹਨਾਂ ਨੇ ਵੀ ਦੇਰ ਹੋਈ ਗਿਆ ਉਹਨੂੰ। ਠੀਕ ਆ, ਤੇ ਉਹ ਕਹਿੰਦੇ ਡੈਡੀ ਤੁਸੀਂ ਜਾਓ। ਇਹ ਹੈ ਜੀ ਈਸ਼ਵ, ਹੈਲੋ, ਨਸੀਬ ਚੰਦ ਜੀ ਦੇ ਪੜਪੋਤੇ। ਹਾਂਜੀ, ਤੁਹਾਡਾ ਕੀ ਕਿੰਨੀ ਖੁਸ਼ੀ ਹੋ ਰਹੀ ਤੁਹਾਨੂੰ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਤਾਇਆ ਜੀ ਕਿੰਨੇ ਚਿਰਾਂ ਬਾਅਦ ਮੁੜ ਕੇ ਆਏ ਆ? ਠੀਕ ਆ, ਵਧੀਆ ਆ। 25 ਸਾਲ ਬਾਅਦ ਪਹਿਲਾਂ ਪੱਕੇ ਹੋਏ ਸੀ? ਹਾਂਜੀ। ਤੇ ਪਹਿਲਾਂ 2 ਵਾਰੀ ਛੁੱਟੀ ਆ ਗਿਆ ਤੇ ਹੁਣ ਟਰੈਕਟਰ ਦੇ ਰਿਹਾ ਛਿੰਝ ਦੇ ਉੱਤੇ? ਬਹੁਤ ਵੱਡੀ ਗੱਲ ਆ ਜੀ, ਥੈਂਕ ਯੂ। ਛਿੰਝ ਮੇਲਾ ਹੈ ਅੱਜ 7 ਸਤੰਬਰ 2023, ਜਿਸ ਵਿੱਚ ਜੌਂ ਡੀਅਰ ਟਰੈਕਟਰ ਦਿੱਤਾ ਜਾਣਾ। ਸੱਲਣ ਪਰਿਵਾਰ, ਸਵਰਗੀ ਨਸੀਬ ਚੰਦ ਸਾਬਕਾ ਸਰਪੰਚ ਦੇ ਪਰਿਵਾਰ ਵੱਲੋਂ ਪਵਨ ਲਾਲ ਜੂਕੇ, ਸੰਨੀ ਜੂਕੇ, ਵਿੱਕੀ ਅਤੇ
USA ਉਹਨਾਂ ਦੇ ਪਰਿਵਾਰ ਵੱਲੋਂ ਜੌਨ ਡੀਅਰ ਟਰੈਕਟਰ ਅੱਜ ਛਿੰਝ ਮੇਲੇ ਦਿੱਤਾ ਜਾਣਾ ਜਿਸ ਦੀ ਪਿੰਡ ਦੀ ਫੇਰੀ ਲਗਾਈ ਜਾ ਰਹੀ ਆ ਪਵਨ ਲਾਲ ਜੀ ਖਾਸ ਤੌਰ 'ਤੇ ਰਾਤੀ ਯੂਕੇ ਤੋਂ ਇੰਡੀਆ ਪਹੁੰਚੇ ਆ ਔਰ ਪਿੰਡ ਮਹਿੰਦੀਪੁਰ ਦੇ ਦੰਗਲ ਦੇ ਵਿੱਚ ਇਹ ਟਰੈਕਟਰ ਦਿੱਤਾ ਜਾਣਾ ਫਾਈਨਲ ਪ੍ਰਿਤਪਾਲ ਫਗਵਾੜਾ ਅਤੇ ਜੱਸਾ ਪੱਟੀ ਦੀ ਫਾਈਨਲ ਘੋਲ 'ਤੇ ਇਹ ਟਰੈਕਟਰ ਦਿੱਤਾ ਜਾਣਾ ਜਿਸ ਦੀ ਅੱਜ ਪੂਰੇ ਨਗਰ ਦੀ ਪਰਿਕਰਮਾ ਕਰਵਾਈ ਜਾ ਰਹੀ ਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੱਜਣ ਪਰਿਵਾਰ ਦਾ ਸਾਬਕਾ ਸਰਪੰਚ ਸਵਰਗੀ ਅਨਸ਼ੀਲ ਚੰਦ ਜੀ ਉਹਨਾਂ ਦੇ ਪਰਿਵਾਰ ਵੱਲੋਂ ਸੁਰਿੰਦਰ ਛਿੰਦਾ ਸਾਡੇ ਪਿੰਡ ਦੀ ਸ਼ਾਨ ਪਹਿਲਵਾਨ ਟਰੈਕਟਰ ਨੂੰ ਨਮਸਕਾਰ ਕਰਦੇ ਹੋਏ ਅਤੇ ਪਵਨ ਲਾਲ ਜੀ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਕਿੱਦਾਂ ਲੱਗਦਾ ਜੀ ਤੁਹਾਨੂੰ ਟਰੈਕਟਰ ਦੇਣਾ ਅੱਜ ਕਿੱਦਾਂ ਲੱਗਦਾ ਵਧੀਆ ਲੱਗਦਾ ਕਿਆ ਬਾਤ ਆ ਕਿਆ ਬਾਤ ਆ ਪਰਿਵਾਰ ਵੱਲੋਂ ਇਹ ਟਰੈਕਟਰ ਦਿੱਤਾ ਜਾਣਾ ਦਾਨ ਤੁਹਾਨੂੰ ਕਿੱਦਾਂ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਪਿੰਡ ਦਾ ਨਾਂ ਰੋਸ਼ਨ ਹੋ ਰਿਹਾ ਵੱਧ ਤੋਂ ਵੱਧ ਅਸੀਂ ਇਹ ਕਹਾਂਗੇ ਕਿ ਬੱਚਿਆਂ ਨੂੰ ਨਸ਼ੇ ਤੋਂ ਛਡਾਉਣਾ ਚਾਹੀਦਾ ਨਸ਼ੇ ਦੇ ਨੇੜੇ ਨਹੀਂ ਲੱਗਣਾ ਚਾਹੀਦਾ ਨਸ਼ੇ ਨਸ਼ਿਆਂ ਤੋਂ ਬਚਣਾ ਚਾਹੀਦਾ ਅਸੀਂ ਤਾਂ ਬੱਚਿਆਂ ਨੂੰ ਇਹੀ ਕਹਾਂਗੇ ਫਿਰ ਨਸ਼ਿਆਂ ਤੋਂ ਬਚੋ ਠੀਕ ਹੈ ਜੀ ਠੀਕ ਨਸ਼ਿਆਂ ਤੋਂ ਬਚੋ ਨਸ਼ਿਆਂ ਤੋਂ ਬਚਣ ਦੇ ਲਈ ਇਹ ਛਿੰਝ ਦਾ ਗੱਲ ਕਰਾ ਰਿਹਾ ਸਾਡੇ ਪਿੰਡ ਦੇ ਛਿੰਦੀ ਪਹਿਲਵਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਇਹ ਕਹਿੰਦਾ ਵੀ ਸਾਡੀਆਂ ਬੜੀਆਂ ਲੱਖਾਂ ਖੁਸ਼ੀਆਂ ਹੋ ਗਈਆਂ ਵਾਹ ਜੀ ਵਾਹ ਹਾਂ ਅਤੇ ਸਾਡੇ ਪਹਿਲਵਾਨਾਂ ਨੇ ਆ ਕੇ ਇੰਗਲੈਂਡ 'ਤੇ ਵੀ ਆ ਪਹੁੰਚੇ ਕਿੱਦਾਂ ਲੱਗਦਾ ਤੁਹਾਨੂੰ ਸੱਲਣ ਪਰਿਵਾਰ ਨੂੰ ਟਰੈਕਟਰ ਦਿੱਤਾ ਜਾਣਾ ਕਿੱਦਾਂ ਲੱਗਦਾ ਕਿਆ ਬਾਤ ਆ ਕਿਆ ਬਾਤ ਆ ਹੋਰ ਕਿਹੜੇ ਕਿਹੜੇ ਨਾਮ ਆ ਆ ਨਾਮਾਂ ਦਾ ਹੰਸੀ ਮੱਝਾ ਆ ਮੋਟਰਸਾਈਕਲ ਆ ਕੜੇ ਮੁੰਦੀਆਂ ਕੜੇ ਮੁੰਦੀਆਂ ਠੀਕ ਆ ਕੋਈ ਹੰਸ ਓਕੇ ਜੀ ਓਕੇ ਪਹੁੰਚਣ ਦੀ ਕਿਰਪਾਲਤਾ ਕਰੋ ਉਹ ਦੁਕਾਨਾਂ ਸਜ ਚੁੱਕੀਆਂ ਨੇ ਉਹ ਪਿੱਛੇ ਪੰਡਾਲ ਹੈ ਇੱਥੇ ਅੱਜ ਦਾ ਹੈ ਦੰਗਲ ਹੋਣਾ ਟਰੈਕਟਰ ਦਿੱਤਾ ਜਾਣਾ
ਕਿਹੜੇ ਪਿੰਡ ਤੋਂ ਆਈਆਂ ਜੀ ਸਰ? ਗੋਰਖਪੁਰ ਤੋਂ। ਗੋਰਖਪੁਰ ਸੁਨੇਹਾ ਦਿਓ ਆਪਣੇ ਪਿੰਡ, ਅੱਜ ਸ਼ਾਮ ਨੂੰ ਸਾਡੇ ਛਿੰਝ ਮੇਲਾ ਟਰੈਕਟ ਦਿੱਤਾ ਜਾਣਾ ਜੀ, ਪਿੰਡ ਸਾਰੇ ਸੰਗਤ ਨੂੰ ਸੁਨੇਹਾ ਦਿਓ। ਸਟੇਡੀਅਮ ਬਣਾਇਆ, ਲੰਗਰ ਪਾਣੀ ਚੱਲ ਰਿਹਾ, ਬਹੁਤ ਰੇਜਮੈਂਟ ਆ।
ਦਾਦਾ ਪੀਰ ਸਥਾਨ ਪਿੰਡ ਮਹਿੰਦੀਪੁਰ ਮੁੱਗਾ ਮਾੜੀ ਅਤੇ ਮੁੱਖ ਸੇਵਾਦਾਰ ਰਮਨ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਆਪਾਂ ਅਤੇ ਸਾਰੀ ਮੰਡਲੀ ਪਿਛਲੇ ਕਈ ਦਿਨ ਤੋਂ ਪਿੰਡਾਂ ਦੇ ਵਿੱਚ ਮੁੱਗਾ ਜਹਰ ਪੀਰ ਦੇ ਨਾਂ ਦੇ ਉੱਤੇ ਸੇਵਾ ਕਰਕੇ ਆਏ ਨੇ। ਅੱਜ ਪਿੰਡ ਵਿੱਚ ਦੰਗਲ ਹੈ ਅਤੇ ਇਹਨਾਂ ਨੇ ਵੀ ਨਾਲ ਸੇਵਾ ਦੇ ਤੌਰ ਦੇ ਉੱਤੇ ਜਾਣਾ ਹੈ, ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਹਾਂਜੀ, ਜੈ ਪੀਰਾਂ ਦੀ ਜੀ, ਜੈ ਗੁੱਗਾ ਜਹਰ ਪੀਰ। ਪਿੰਡ ਮਹਿੰਦੀਪੁਰ ਅੱਜ ਬਹੁਤ ਵੱਡਾ ਸਿੰਘ ਦੰਗਲ ਹੋ ਰਿਹਾ ਅਤੇ ਤੁਸੀਂ ਸਾਰੇ ਮੁੱਖ ਸੇਵਾਦਾਰ ਹੋ ਪਿੰਡ ਦੇ, ਕਈ ਦਿਨ ਤੋਂ ਗੁੱਗਾ ਜਹਰ ਪੀਰ ਦੇ ਨਾਂ ਦੇ ਉੱਤੇ ਬਹੁਤ ਸੇਵਾ ਕੀਤੀ ਹੈ। ਅੱਜ ਗੁੱਗਾ ਨੌਵੀਂ ਹੈ ਅਤੇ ਅੱਜ ਸਿੰਘ ਦੰਗਲ ਹੈ। ਤੁਸੀਂ ਕੀ ਕਹਿਣਾ ਚਾਹੋਗੇ ਅੱਜ ਪਿੰਡ ਦੀ ਸੁੱਖ ਕਿਵੇਂ, ਕਿੱਦਾਂ, ਕੀ ਤਿਆਰੀ ਤੁਹਾਡੀ? ਸਾਡੇ ਦੇਖੋ ਜੀ, ਹਰ ਸਾਲ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਜੀ, ਦੰਗਲ ਕਰਾਇਆ ਜਾਂਦਾ ਪਿਆ ਜੀ, ਜਿਹਦੇ ਵੀ ਅੱਠ ਦਿਨ ਕਰ ਗੱਲਦੀ ਹੈ, ਟੋਲੀ ਉਤਰਦੀ ਹੈ ਜੀ, ਹਰ ਸਾਲ ਜੀ ਅੱਗੇ ਧੂਮਧਾਮ ਨਾਲ ਮੇਲੇ ਮੰਨੇ ਜਾਂਦੇ ਆ ਜੀ, ਅੱਜ ਸਿੰਘ ਦਾ ਦਿਹਾੜਾ ਹੈ ਜੀ। ਕੱਲ੍ਹ ਵੀ ਗੁੱਗਾ ਨੌਵੀਂ ਦੇ ਉੱਤੇ ਟੋਲੀਆਂ ਉਤਰੀਆਂ ਸੀ ਚਾਰ, ਮੁੱਖ ਸੇਵਾਦਾਰ ਰਮਨਦੀਪ ਸਰ ਨੇ, ਇਹਨਾਂ ਦੇ ਮਾਲਕ ਦੀ ਬੜੀ ਕਿਰਪਾ ਹੈ ਪੀਰਾਂ ਦੀ, ਗੁੱਗਾ ਜਹਰ ਪੀਰ ਦੀ। ਅਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਜੱਥੇ ਦੇ ਬਾਰੇ? ਬਹੁਤ ਵਧੀਆ ਜੀ, ਪਹਿਲਾਂ ਤੋਂ ਚੱਲਦਾ ਆਉਂਦਾ ਜੀ, ਬਜ਼ੁਰਗਾਂ ਤੋਂ ਬਜ਼ੁਰਗਾਂ ਨੂੰ ਪਤਾ ਜਾਂਦੇ ਸਾਰੇ ਜੀ, ਅੱਗੇ ਪਰੰਪਰਾ ਚੱਲੀ ਜਾਂਦੀ ਸਾਡੇ ਘਰ ਤੋਂ ਜੀ। ਤੁਹਾਡੇ ਬਾਬਾ ਜੀ ਬਹੁਤ ਹੀ ਸਤਿਕਾਰਯੋਗ ਸਵਰਗੀ ਮਲੂਕ ਚੰਦ ਜੀ, ਤੁਸੀਂ ਉਹਨਾਂ ਦੇ ਅੱਗੇ ਪੀੜ੍ਹੀ ਨੂੰ ਚਲਾਇਆ ਹੋਇਆ ਹੈ, ਉਹਨਾਂ ਨੂੰ ਤੁਹਾਡੇ ਵੱਲੋਂ ਕੀ ਸ਼ਰਧਾਂਜਲੀ ਹੈ ਅੱਜ ਦੇ ਦਿਨ 'ਤੇ, ਕਿੱਦਾਂ ਯਾਦ ਕਰਦੇ? ਵਧੀਆ, ਹਰ ਸਾਲ ਯਾਦ ਕਰੀਦਾ ਜੀ, ਆਪਣੀ ਹਾਜ਼ਰੀ ਲਾਉਂਦੇ ਹਰ ਸਾਲ ਆਪਣੀ ਜੀ, ਉਹ ਸਾਡੇ ਨਾਲ ਰਹਿੰਦੇ ਆ, ਹਰ ਸਾਲ ਸਾਡੇ ਨਾਲ ਹਾਜ਼ਰੀ ਲੱਗਦੀ ਉਹਨਾਂ ਦੀ। ਹੋਰ ਸੰਗਤ ਲਈ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ? ਸੰਗਤ ਲਈ ਇਹ ਹੈ ਜੀ, ਹਰ ਸਾਲ ਬਸ ਨਗਰੀ ਦੇ ਸੁੱਖ ਸ਼ਾਂਤੀ ਵਾਸਤੇ ਆਪਾਂ ਜੋ ਦੰਗਲ ਚੱਲਦਾ ਆ, ਜੋ ਆਪਾਂ ਪ੍ਰਕਰਮਾ ਕਰਦੇ ਹਾਂ, ਕਾਰਾਂ ਕਰਦੇ ਹਾਂ ਬਾਬੇ ਦੀਆਂ, ਠੀਕ ਹੈ ਜੀ, ਸਾਰੀ ਨਗਰੀ ਸੁੱਖ ਸ਼ਾਂਤੀ ਵਾਸਤੇ ਕਰਦੇ ਹਾਂ ਜੀ, ਇਹ ਸਾਡੀ ਕੋਈ ਘਰ ਦਾ ਜਿੱਦੀ ਜਗ੍ਹਾ ਨਹੀਂ ਸਾਡੀ ਹੈਗੀ, ਇਹ ਠੀਕ ਹੈ ਜੀ, ਆਪਾਂ ਜੀ ਜੋ ਹੈਗਾ ਨਗਰੀ ਵਾਸਤੇ ਸੁੱਖ ਸ਼ਾਂਤੀ ਵਾਸਤੇ ਜੋ ਕਰਦੇ ਹਾਂ, ਜੋ ਕਰਦੇ ਬਹੁਤ ਵਧੀਆ ਜੀ, ਬਹੁਤ ਪੂਰੇ ਨਗਰ ਦੇ ਭਲੇ ਦੇ ਲਈ ਇਹ ਤੁਸੀਂ ਬੜੇ ਹੀ ਆ ਜਿਹੜੇ 8-10 ਦਿਨ ਹੁੰਦੇ ਆ ਪੂਰੀ ਸੇਵਾ ਕਰਦੇ ਹੋ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਾਂਤੀ ਸਾਹਿਬ। ਥੈਂਕ ਯੂ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਕਾਰਾ ਗੁੱਗਾ ਜਹਰ ਪੀਰ ਦਾ, ਜਕਾਰਾ ਲੱਖਾਂ ਦੇ ਦਾਤੇ ਦਾ। ਇਹ ਹੈ ਜੀ ਗੁਰਦੁਆਰਾ ਸ਼੍ਰੀ ਗੁਰਦਾਸ ਭਵਨ ਵਿਖੇ ਪੰਡਾਲ ਦੇ ਵਿੱਚ ਜਿਹੜਾ ਗੁਰੂ ਘਰ ਵਿਖੇ ਖੁੱਲ੍ਹਾ ਹਾਲ ਹੈ, ਅੱਜ ਛਿੰਝ ਮੇਲੇ ਦੀਆਂ ਪੂਰੀਆਂ ਤਿਆਰੀਆਂ 'ਤੇ ਦੇਖੋ ਕਿਵੇਂ ਬਾਜ਼ਾਰ ਸੱਜ ਗਿਆ। ਇੱਕ ਚਾਵਲ ਦੇ ਦਾਣੇ 'ਤੇ ਕਹਿੰਦੇ 2 ਨਾਂ ਲਗਾਓ, ਬੜਾ ਐਕੋਰੇਟ ਇਹ ਕੰਮ ਹੁੰਦਾ। ਇਹ ਸਾਹਿਲ ਭਾਅ ਜੀ ਨੇ ਹਰ ਸਾਲ ਪਿੰਡ ਮਹਿੰਦੀਪੁਰ ਆ ਕੇ ਦੁਕਾਨਾਂ ਲਗਾਉਂਦੇ ਨੇ, ਉੱਧਰ ਝੂਲੇ ਲੱਗੇ ਹੋਏ ਨੇ। ਭਾਅ ਜੀ, ਤੁਹਾਨੂੰ ਮਹਿੰਦੀਪੁਰ ਆ ਕਿੱਦਾਂ ਲੱਗਦਾ? ਬਹੁਤ ਵਧੀਆ ਭਾਅ ਜੀ, ਬਹੁਤ ਵਧੀਆ ਲੱਗਦਾ, ਚੰਗੀ ਸੇਲ ਹੋ ਜਾਂਦੀ ਆ? ਹਾਂਜੀ ਹਾਂਜੀ, ਬਹੁਤ ਵਧੀਆ। ਹਰ ਸਾਲ ਤੁਸੀਂ ਆਉਂਦੇ ਹੋ? ਹਾਂਜੀ, ਇਹ ਗੁਰੂ ਘਰ ਆ ਕੇ ਤੁਸੀਂ ਛਿੰਝ ਮੇਲੇ ਉੱਤੇ ਪਿੰਡ ਮਹਿੰਦੀਪੁਰ ਦੁਕਾਨਾਂ ਸਜਾਉਂਦੇ ਹੋ, ਬਹੁਤ ਵਧੀਆ ਲੱਗਦਾ। ਹਾਂਜੀ ਹਾਂਜੀ, ਬਹੁਤ ਵਧੀਆ। ਕਿੰਨੀ ਕੁ ਸੇਲ ਹੋ ਜਾਂਦੀ ਤੁਹਾਡੀ? ਮਤਲਬ ਵਧੀਆ ਤੁਸੀਂ ਕਮਾਈ ਕਰਕੇ ਜਾਂਦੇ ਹੋ। ਚਲੋ, ਬੜੇ ਪੀਰਾਂ ਦੀ ਰਹਿਮਤ ਆ, ਗੁੱਗਾ ਜਹਰ ਪੀਰ ਦੀ, ਪਿੰਡ ਦੀ ਸੁੱਖ ਹੈ ਹਰ ਸਾਲ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਕਿਵੇਂ ਲੱਗ ਰਿਹਾ ਜੀ ਤੁਹਾਨੂੰ ਮੇਲੇ 'ਤੇ ਦੁਕਾਨ ਲਗਾ ਕੇ? ਕੀ ਨਾਂ ਉਰੇ ਨੂੰ ਹੋ ਜਾਓ ਥੋੜ੍ਹਾ ਜਿਹਾ, ਕੀ ਨਾਂ ਤੁਹਾਡਾ? ਕੀ ਨਾਂ ਤੁਹਾਡਾ? ਮੇਲੇ 'ਤੇ ਤੁਸੀਂ ਦੁਕਾਨਾਂ ਲਗਾਉਂਦੇ ਹੋ, ਕੋਈ 4 ਵਜੇ ਵੱਜਦੇ ਵੀ ਆ? ਬਸ ਵੱਜ ਜਾਂਦਾ ਜੀ। ਵਧੀਆ ਲੱਗਦਾ ਮੇਲੇ 'ਤੇ ਆ ਗਿਆ? ਮਹਿੰਦੀਪੁਰ ਦਾ ਛਿੰਝ ਮੇਲਾ ਬੜਾ ਦੂਰ ਦੂਰ ਤੱਕ ਫੇਮਸ ਆ। ਹਾਂਜੀ ਹਾਂਜੀ, ਹਾਂ, ਬਹੁਤ ਬਹੁਤ ਧੰਨਵਾਦ ਜੀ। ਆ ਦੇਖੋ ਜੀ, ਸੰਗਤਾਂ ਦੇ ਬੈਠਣ ਲਈ ਸਟੇਡੀਅਮ ਦਾ ਸੀਟਾਂ ਦਾ ਅਰੇਂਜਮੈਂਟ ਵੀ ਕੀਤਾ ਗਿਆ, ਸੋ ਜਲਦੀ ਤੋਂ ਜਲਦੀ ਪਹੁੰਚੋ ਮਹਿੰਦੀਪੁਰ ਦੀ, ਛਿੰਝ ਮੇਲੇ ਦੀ ਰੌਣਕ ਨੂੰ ਵਧਾਓ। ਧੰਨਵਾਦ ਜੀ, ਸੋਸ ਟੀ ਵੀ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਪਿਆਰ ਦਿੰਦੇ ਰਹੋ, ਸਬਸਕ੍ਰਾਈਬ ਕਰੋ ਸੋਸ ਟੀ ਵੀ, ਤੁਹਾਡਾ ਆਪਣਾ ਚੈਨਲ ਜਿੱਥੇ ਸਾਨੂੰ ਅਲੱਗ ਅਲੱਗ ਪ੍ਰਕਾਰ ਦੇ ਫੰਕਸ਼ਨਾਂ ਦੀ, ਪਿੰਡ ਦੇ ਫੰਕਸ਼ਨ ਹੋਣ ਚਾਹੇ ਬਾਹਰਲੇ ਫੰਕਸ਼ਨ ਹੋਣ, ਉਹਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਬਹੁਤ ਬਹੁਤ ਧੰਨਵਾਦ ਜੀ, ਮਿਲਦੇ ਹਾਂ ਛਿੰਝ ਮੇਲੇ 'ਤੇ ਸ਼ਾਮ ਨੂੰ 2:30 ਵਜੇ।